ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਪੰਜਾਬ ਵਾਡਾ 247 ਤੇ ਮੇਰਾ ਨਾਮ ਹੈ ਗਗਨ ਤੇ ਆਪਾਂ ਜੁੜ ਚੁੱਕੇ ਹਾਂ ਪਾਰਟ ਨੰਬਰ 9 ਕਿਹਦਾ ਹੋ ਚੁੱਕਾ ਹੈ ਪੰਜਾਬ ਰੈਣਾ ਹਾਈ ਕੋਰਟ ਲੈ ਕੇ ਆਪਾਂ ਸਪੈਸ਼ਲ ਜਿਹੜੇ ਕਰੰਟ ਅਫੇਅਰ ਦੀ ਸੀਰੀਜ਼ ਚਲਾਈ ਹੋਈ ਸੀ ਤਾਂ ਬਿਨਾ ਕੋਈ ਟਾਈਮ ਵੇਸਟ ਕੀਤੇ ਆਪਾਂ ਸਵਾਲ ਸ਼ੁਰੂ ਕਰਦੇ ਆਂ ਤਾਂ ਜਿਹੜਾ ਪਹਿਲਾ ਸਵਾਲ ਸਾਡੇ ਕੋਲ ਕੀ ਰਿਹਾ ਇੰਡੀਆ ਤੇ ਕਿਹੜੀ ਕੰਟਰੀ ਦੇ ਨਾਲ ਰਲ ਕੇ 플ਾਨ ਕੀਤਾ ਟ੍ਰਾਂਸਮਿਸ਼ਨ ਇੰਟਰ ਕਨੈਕਸ਼ਨ ਫਾਰ ਟ੍ਰਾਂਸਫਰ ਆਫ ਰੀਨਿਊਏਬਲ એનર્ਜੀ ਰੀਨਿਊਏਬਲ એનર્ਜੀ ਕਿਹੜੀ ਹੁੰਦੀ ਹੈ ਸੋਲਰ ਹੋਗੀ ਵਿੰਡ ਹੋਗੀ ਮਤਲਬ ਜਿਹੜੀ ਕਿ ਬਾਰ-ਬਾਰ ਰੀਨਿਊ ਹੋ ਸਕੇ ਥਰਮਲ ਵਾਂਗੂ ਨਹੀਂ ਵੀ ਪੈਟਰੋਲ ਫੋਕੇਗਾ ਤਾਂ ਫੋਕੇਗਾ ਦੁਬਾਰੇ ਪੈਟਰੋਲ ਬਣ ਨਹੀਂ ਸਕਦਾ ਹੈਨਾ ਥਰਮਲ એનર્ਜੀ ਯਾਨੀ ਅੱਗ ਲੱਗੀ ਤਾਂ ਲੱਕੜ ਫੋਕੇ ਕੁਝ ਹੋ ਨਹੀਂ ਸਕਦਾ ਰੀਨਿਊਏਬਲ ਇਦਾਂ ਕਿ ਸੋਲਰ ਖਤਮ ਹੀ ਨਹੀਂ ਹੁੰਦੀ ਹੈਨਾ ਹਵਾ ਲਈ ਖਤਮ ਹੀ ਨਹੀਂ ਹੁੰਦੀ ਉਹ એનર્ਜੀ ਦੀ ਗੱਲ ਹੋ ਰਹੀ ਹੈ ਤਾਂ ਕਿਹਦੇ ਨਾਲ ਆਪਾਂ ਇਹ ਕੀਤਾ ਜਰ ਰਿਕਾਰ ਮੈਡਾਗਾਸਕਰ 몰ਦੀਵਸ ਮਿਆਂਮਾਰ ਜਾਂ ਫਿਰ ਨੇਪਾਲ ਮੈਡਾਗਾਸਕਰ ਮਿਆਂਮਾਰ ਨੇਵਾਲ ਜਾਂ ਫਿਰ ਨੇਪਾਲ ਬਹੁਤ ਬਧੀਆ ਅਮਨ ਚੋਹਾਨ ਆਂਸਰ ਜਮਤਾਰਾ ਕਿਹੜੀ ਸਟੇਟ ਵਿੱਚ ਹੈ ਤੇ ਕੰਟਰੀ ਦਾ ਪਹਿਲਾ ਜ਼ਿਲ੍ਹਾ ਬਣ ਚੁੱਕਾ ਹੈ ਜਿੱਥੇ ਹਰ ਇੱਕ ਪਿੰਡ ਵਿੱਚ ਲਾਇਬ੍ਰੇਰੀ ਹੈ ਕੋਈ ਜ਼ਿਲ੍ਹਾ ਹੈ ਜਮਤਾਰਾ ਕਰਕੇ ਪਤਾ ਨਹੀਂ ਕਿਹੜੀ ਸਟੇਟ ਵਿੱਚ ਹੈ ਤੇ ਉਹਦੇ ਹਰ ਇੱਕ ਪਿੰਡ ਵਿੱਚ ਇੱਕ ਲਾਇਬ੍ਰੇਰੀ ਖੁੱਲੀ ਹੋਈ ਹੈ ਤਾਂ ਕਿੱਥੇ ਕਿੱਥੇ ਆਓ ਛੱਤੀਸਗਰ ਝਾਰਖੰਡ ਐਮਪੀ ਆ ਫਿਰ ਮਹਾਰਾਸ਼ਟਰ ਕਿਹੜੀ ਕੋਸ਼ਿਸ਼ ਕਰਨਾ ਅੰਤਰ ਕਰਨ ਦੀ ਛਤੀਸਗੜ ਝਾਰਖੰਡ ਐਮਪੀ ਆ ਫਿਰ ਮਹਾਰਾਸ਼ਟਰ ਕੀ ਹੋ ਜੂਗਾ ਇਹਦਾ ਅੰਤਰ ਛਤੀਸਗੜ ਝਾਰਖੰਡ ਮਧਿਆ ਪ੍ਰਦੇਸ਼ ਮਹਾਰਾਸ਼ਟਰ ਜਮਤਾਰਾ ਪਿੰਡ ਹੋ ਜਾਂਦਾ ਹੈ ਜਮਤਾਰਾ ਜ਼ਿਲ੍ਹਾ ਕਿਹੜੇ ਸਟੇਟ ਵਿੱਚ ਹੈ ਤਾਂ ਜੀ ਜਮਤਾਰਾ ਹੋ ਜਾਂਦਾ ਕਿੱਥੇ ਝਾਰਖੰਡ ਵਿੱਚ ਝਾਰਖੰਡ ਤੋਂ ਜੇ ਤੋਂ ਝਾਰਖੰਡ ਜੇ ਤੋਂ ਜਮਤਾਰਾ ਉਹਦੇ ਕਹਿੰਦੇ ਹਰ ਇੱਕ ਪਿੰਡ ਵਿੱਚ ਕਹਿੰਦੇ ਕੀ ਖੋਲਦਾ ਇੱਕ ਲਾਇਬ੍ਰੇਰੀ ਖੋਲਤੀ ਹੈ ਬਹੁਤ ਹੀ ਚੱਕਮੀ ਗੱਲ ਅਗਲਾ ਸਵਾਲ ਕਿਹੜੀ ਕੰਟਰੀ ਦਾ ਲੈਂਡਸਕੇਪ ਗਾਰਡਨ ਸਿਟੀ ਆਫ ਬੋਰਲ ਮਾਰਕਸ ਕੀ ਨਾ ਲੈਂਡਸਕੇਪ ਗਾਰਡਨ ਸਿਟੀ ਆਫ ਬਰਲ ਮਾਰਕਸ ਇਹਨੂੰ ਮਿਲਿਆ ਜੀ ਯੂਨੈਸਕੋ ਵਰਲਡ ਹੈਰੀਟੇਜ ਦਾ ਸਟੇਟਸ ਤਾਂ ਜੀ ਕਿਹੜੀ ਕੰਟਰੀ ਵਿੱਚ ਹੋਣਾ ਇੱਕ બીજી ਚੀਜ਼ ਸਿਟੀ ਆਫ ਬਰਲ ਮਾਰਕਸ ਜਿਹਨੂੰ ਦਿੱਤਾ ਹੈ ਜੀ ਵਿਲਡ ਵਰਲਡ ਹੈਰੀਟੇਜ ਦਾ ਸਟੇਟਸ ਕਿਨੇ ਯੂਨੈਸਕੋ ਵਾਰਡ ਨੇ ਦੱਸੋ ਪਹਿਲਾਂ ਬੁਲਗਾਰੀਆ ਨੇ ਪੈਰਾਗੁਏ ਨੇ ਬ੍ਰਾਜ਼ੀਲ ਨੇ ਜਾਂ ਫਿਰ ਆਰਜਨਟੀਨਾ ਨੇ ਛੇਤੀ ਕੋਈ ਗੱਲ ਨਹੀਂ ਯਾਰ ਹਜੇ ਗਲਤ ਕਰ ਲਓ ਮੈਂ ਹਮੇਸ਼ਾ ਤੇ ਇਹ ਗੱਲ ਕਹਿੰਦਾ ਦੇਖੋ ਹਜੇ ਗਲਤ ਕਰ ਲਓ ਗਲਤ ਕਰ ਲਓ ਇੱਕ ਵਾਰ ਗਲਤ ਕਰ ਲਓ ਦੋ ਵਾਰ ਗਲਤ ਕਰ ਲਓ ਤਿੰਨ ਵਾਰ ਗਲਤ ਕਰ ਲਓ 383 ਵਾਰ ਗਲਤ ਕਰ ਲਓ ਹੈਨਾ 383 ਵਾਰ ਗਲਤ ਕਰ ਲਓ ਲੇਕਿਨ ਪੇਪਰ 'ਚ ਗੜਬੜ ਨਾ ਹੋਵੇ ਆਨਸਰ ਹੋ ਜਾਂਦਾ ਹੈ ਇਹਦਾ ਬ੍ਰਾਜ਼ੀਲ ਇਜ਼ ਦਾ ਕਰੈਕਟ ਆਨਸਰ ਠੀਕ ਹੈ ਜੀ ਬ੍ਰਾਜ਼ੀਲ ਦਾ ਬੰਦਾ ਯਾਦ ਹੋਊਗਾ ਤੁਹਾਨੂੰ ਰੋਡ੍ਰਿਗੋ ਇਸ ਕਰਕੇ ਉਹਨੂੰ ਆਯੁਰਵੇਦਾ ਅਵਾਰਡ ਦਿੱਤਾ ਗਿਆ ਸੌਰੀ ਆਯੁਰਵੇਦ ਨਹੀਂ ਯੋਗਾ ਯੋਗਾ ਅਵਾਰਡ ਸੀਗਾ ਜਿਹੜਾ ਨੈਸ਼ਨਲ ਇੰਟਰਨੈਸ਼ਨਲ ਯੋਗਾ ਡੇ ਹੁੰਦਾ 21 ਜੂਨ ਨੂੰ ਭਾਰਤ ਨੇ ਚਾਰ ਅਵਾਰਡ ਦਿੱਤੇ ਸੀ ਉਹਨਾਂ ਵਿੱਚ ਰੋਡ੍ਰਿਗੋ ਇਸ ਕਰਕੇ ਇੱਕ ਬੰਦਾ ਸੀਗਾ ਕਿੱਥੋਂ ਬ੍ਰਾਜ਼ੀਲ ਦਾ ਸੀਗਾ ਉਹਨੂੰ ਮਿਲੇ ਸੀ 25 ਲੱਖ ਰੁਪਏ ਚਲੋ ਅਗਲਾ ਸਵਾਲ ਡੈਸ਼ ਕੰਜ਼ਰਵੇਸ਼ਨਿਸਟ ਚਾਰੂਦਤ ਮਿਸ਼ਰਾ ਨੂੰ ਦਿੱਤਾ ਗਿਆ ਜੀ ਵਿਟਲੀ ਗੋਲਡ ਅਵਾਰਡ ਤਾਂ ਜੀ ਕਿਦੇ ਕੰਜ਼ਰਵੇਸ਼ਨ ਦੀ ਗੱਲ ਹੋ ਰਹੀ ਹੈ ਕਿ ਨੂੰ ਸਨਰਖਣ ਕਰਦੇ ਨੇ ਚਾਰੂਦਤ ਮਿਸ਼ਰਾ ਟਾਈਗਰਾਂ ਨੂੰ ਲਾਈਗਰਾਂ ਨੂੰ 스ਨੋ ਲੈਪਡਾਂ ਨੂੰ ਜਾਂ ਫਿਰ ਦਾ ਗ੍ਰੇਟ ਇੰਡੀਅਨ ਬਸਟਰਡਸ ਨੂੰ ਦੱਸੋ ਟਾਈਗਰ ਲਾਈਗਰ 스ਨੋ ਲੈਪਡ ਜਾਂ ਫਿਰ ਦਾ ਗ੍ਰੇਟ ਇੰਡੀਅਨ ਬਸਟਰਡ ਬਹੁਤ ਇੰਪੋਰਟੈਂਟ ਟਾਈਗਰ ਲਾਈਗਰ 스ਨੋ ਲੈਪਡ ਜਾਂ ਫਿਰ ਦਾ ਗ੍ਰੇਟ ਇੰਡੀਅਨ ਬਸਟਰਡ ਮਨਪ੍ਰੀਤ ਸਿੰਘ ਬਿਲਕੁਲ ਠੀਕ ਹੋ ਜਾਂਦਾ ਹੈ ਤੁਹਾਡਾ ਜਵਾਬ 스ਨੋ ਲੈਪਡ ਅਗਲਾ ਫਾਰਮਰ ਆਨਰੇਰੀ ਕਾਉਂਸਲ ਆਫ ਪੇਰੂ ਓਹੋ ਹੋ ਗਿਆ ਚਲੋ ਐਨੀਵੇ ਕਿਹੜੀ ਸਟੇਟ ਬਣ ਚੁੱਕੀ ਹੈ ਇੰਡੀਆ ਦੀ ਪਹਿਲੀ ਸਟੇਟ ਜਿਹਨੇ ਡਵੈਲਪ ਕੀਤਾ ਇੱਕ ਮਾਈਗ੍ਰੇਸ਼ਨ ਟਰੈਕਿੰਗ ਸਿਸਟਮ ਐਪ ਕਾਦੇ ਲਈ ਕੀਤਾ ਵੀ ਯਾਰ ਜਿਹੜੇ ਸਾਡੇ ਮਜ਼ਦੂਰ ਵੀਰ ਭਰਾ ਹੁੰਦੇ ਨੇ ਮੰਨ ਲਓ ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਜਾ ਰਹੇ ਨੇ ਕੰਮ ਕਰਨ ਜਾ ਰਹੇ ਨੇ ਜਦੋਂ ਉਹ ਤਾਂ ਉੱਥੇ ਜਾ ਕੇ ਯਾਰ ਉਹਨਾਂ ਨੂੰ ਮਤਲਬ ਬੱਚੇ ਹੋ ਗਏ ਹਨਾ ਅੰਗਣਵਾੜੀ ਵਾਲੇ ਉਹਨਾਂ ਨੂੰ ਹੈਲਪ ਕਰਦੇ ਨੇ ਜਿਹੜਾ ਰਾਸ਼ਨ ਵਾਲਾ ਹੋ ਗਿਆ ਚਲੋ ਉਹ ਤਾਂ ਹੋ ਗਿਆ ਲੇਕਿਨ ਅੰਗਣਵਾੜੀ ਜਿਹੜੀ ਹੈਲਪ ਵਗੈਰਾ ਹੁੰਦੀ ਹੈ ਉਹਨਾਂ ਦੇ ਬੱਚੇ ਕੀ ਕਰਨ ਤਾਂ ਇਸ ਸਟੇਟ ਨੇ ਕੀ ਕੀਤਾ ਮਾਈਗ੍ਰੇਸ਼ਨ ਟਰੈਕਿੰਗ ਐਪ ਬਣਾਤੀ ਵੀ ਤੁਸੀਂ ਜੇ ਪੰਜਾਬ ਤੋਂ ਤੁਸੀਂ ਉਹੀ ਤੁਹਾਨੂੰ ਮਿਲਣਗੇ ਇੱਥੇ ਮਹਾਰਾਸ਼ਟਰ ਇਸ ਦਾ கரੈਕਟ ਆਨਸਰ ਬਹੁਤ ਵਧੀਆ ਅਗਲਾ ਡੈਸ਼ ਐਜ਼ ਅਪਰੂਵਡ 47 ਮਿਲੀਅਨ ਡਾਲਰ ਦਾ ਪ੍ਰੋਗਰਾਮ ਫਾਰ ਇੰਡੀਆ ਦਾ ਮਿਸ਼ਨ ਕਰਮਯੋਗੀ ਪ੍ਰੋਗਰਾਮ ਮਿਸ਼ਨ ਕਰਮਯੋਗੀ ਕੀ ਹੈ ਪਹਿਲਾ ਤਾਂ ਇਹ ਮਿਸ਼ਨ ਕਰਮਯੋਗੀ ਸਾਡੀ ਜਿਹੜੀ ਸਿਵਲ ਸਰਵਿਸ ਕਪੈਸਿਟੀ ਹੈ ਨਹੀਂ ਸਿਵਲ ਸਰਵੈਂਟਸ ਨੇ ਕਹਿੰਦੇ ਉਹਨਾਂ ਦੀ ਜਿਹੜੀ ਦਾ ਉਹ ਕੰਟਰੀ ਨੂੰ ਪ੍ਰੋਮੋਟ ਸੌਰੀ ਕੰਟਰੀ ਨੂੰ ਕੰਟ੍ਰਿਬਿਊਟ ਕਰਦੇ ਨੇ ਹੈਨਾ ਜਿੱਦੇ ਸਿਵਲ ਸਰਵੈਂਟ ਹੋਗੇ ਡੀਸੀਐਚਡੀ ਵਗੈਰਾ ਹੋਗੇ ਤਾਂ ਇਹ ਯਾਰ ਦੁਨੀਆ ਨੂੰ ਐਜ਼ ਅ ਦੁਨੀਆ ਕਿਦਾਂ ਪ੍ਰਭਾਵ ਪਾਉਂਦੇ ਨੇ ਉਹਨਾਂ कुशल काम ਵਿੱਚ ਇਹ ਮਿਸ਼ਨ ਕਰਮਯੋਗੀ ਉਹਨਾਂ ਦੇ ਕੰਮ ਨੂੰ ਹੋਰ ਵਧੀਆ ਕਰਨਾ ਤਾਂ ਇਹ ਜਿਹੜੀ 47 ਮਿਲੀਅਨ ਡਾਲਰ ਦਾ ਗ੍ਰਾਂਟ ਦਿੱਤੀ ਹੈ ਇਹ ਦਿੱਤੀ ਹੈ ਜੀ वर्ल्ड ਬੈਂਕ ਨੇ ਠੀਕ ਹੈ ਚਲੋ ਅਗਲਾ ਕਿਹੜੀ ਸਟੇਟ ਦਾ ਮੀਆਂ ਕਬਾੜਾ ਰੇਲਵੇ ਸਟੇਸ਼ਨ ਨੂੰ ਰੀਨੇਮ ਕਰਤਾ ਗਿਆ ਹੈ ਮਹੇਸ਼ ਨਗਰ ਹਾਰਟ ਨਾਮ ਬਹੁਤ ਬਦਲ ਰਹੇ ਨੇ ਪ੍ਰਧਾਨ ਮੰਤਰੀ ਦੇ ਘਰ ਨੂੰ ਸੜਕ ਜਾਂਦੀ ਹੈ ਰੇਸ ਕੋਰਸ ਰੋਡ ਉਹਨੂੰ ਕਰਤਾ ਕਲਿਆਣ ਮਾਰਗ ਜਿਹੜਾ ਆਪਣਾ ਰਾਜਪਥ ਹੁੰਦਾ ਸੀਗਾ ਜਿਹੜਾ ਸੈਂਟਰਲ ਵਿਸਟਾ ਲਾਉਂਸ ਹੁੰਦਾ ਸੀਗਾ ਉਹਦਾ ਨਾਂ ਕਰਤਾ ਕਿ ਕਰਤਵੇ ਪਥ ਪ੍ਰਯਾਗਰਾਜ ਅਲਹਾਬਾ ਸਭ ਨੂੰ ਪਤਾ ਹੈ ਹੈ ਨਾ ਉਦਾਂ ਹੀ ਫੈਜ਼ਾਬਾਦ ਅਯੁੱਧਿਆ ਹੋ ਗਿਆ ਅ ਹੋ ਰਿਹਾ ਸੰਭਾਜੀ ਨਗਰ ਸੋਰੀ ਕਿਹੜਾ ਸੀ ਉਹ ਮਹਾਰਾਸ਼ਟਰ ਵਿੱਚ ਸਟੇਟ ਸੀ ਜਿਹੜੀ ਸ਼ਹਿਰ ਸੀ ਉਹਦਾ ਨਾਂ ਸੰਭਾਜੀ ਨਗਰ ਕਰਤਾ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਤਾਂ ਕਾਫੀ ਨਾਂ ਚੇਂਜ ਹੋ ਰਹੇ ਨੇ ਨਾਂ ਆ ਤਾ ਆਊਗਾ ਸਵਾਲ ਇਸ ਵਾਰ ਰਾਜਸਥਾਨ ਕਰੈਕਟ ਆਨਸਰ ਹੋ ਜਾਂਦਾ ਬਿਲਕੁਲ ਬਹੁਤ ਵਧੀਆ ਅਗਲਾ ਇੰਡੀਆ ਨੂੰ ਆਪਣਾ 100th ਯੂਨੀਕੌਰਨ ਮਿਲ ਗਿਆ ਯੂਨੀਕੌਰਨ ਦਾ 100th ਕੀ ਹੈ ਇੱਕ ਨਿਓ ਬੈਂਕ ਹੈ ਓਪਨ ਕੀ ਨਾਂ ਹੈ ਨਿਓ ਬੈਂਕ ਦਾ ਓਪਨ ਕਰਕੇ ਇੰਡੀਆ ਦਾ 100ਵਾਂ ਯੂਨੀਕੌਰਨ ਤਾਂ ਜੀ ਇੰਡੀਆ ਦਾ ਪਹਿਲਾ ਯੂਨੀਕੌਰਨ ਕੌਣ ਸੀ ਜਿਹੜਾ ਕਿ 2011 ਵਿੱਚ ਬਣਿਆ ਸੀ ਬਹੁਤ ਇੰਪੋਰਟੈਂਟ ਸਵਾਲ ਸਟੈਟਿਕ ਜੀਕੇ ਬਹੁਤ ਇੰਪੋਰਟੈਂਟ ਇਨ ਮੋਬੀ ਫਲਿੱਪਕਾਰਟ ਬਾਈਜੂ ਜਾਂ ਫਿਰ ਪੇਟੀਮ ਹਾਂਜੀ ਔਰੰਗਾਬਾਦ ਦਾ ਨਾ ਕਰਤਾ ਸੰਭਾਜੀ ਨਗਰ ਮੈਨੂੰ ਔਰੰਗ ਔਰੰਗ ਯਾਦ ਆ ਰਿਹਾ ਸੀ ਨਾ ਪੂਰਾ ਨਹੀਂ ਆ ਰਿਹਾ ਸੀਗਾ ਤਾਂ ਦੱਸੋ ਛੇਤੀ ਕਿਹੜਾ ਸੀਗਾ ਇੰਡੀਆ ਦਾ ਪਹਿਲਾ ਯੂਨੀਕੌਰਨ 2011 ਦੀ ਗੱਲ ਹੈ ਯਾਰ ਹਾਂਜੀ 2011 ਦੀ ਅਡਾਨੀ ਵਾਲੀ ਵੀਡੀਓ ਵਿਕਰਮ ਗੌਰ ਸੀ ਬਣਾਤੀ ਮੈਂ ਅਡਾਨੀ ਵਾਲੀ ਵੀਡੀਓ ਮੈਂ ਤੁਹਾਨੂੰ ਕੋਈ ਨਹੀਂ ਕਿਹਾ ਸੀ ਮੈਂ ਕਿਹਾ ਚੈਨਲ ਸਬਸਕ੍ਰਾਈਬ ਕਰ ਲਓ ਨਹੀਂ ਪਤਾ ਲੱਗਣਾ ਤੁਹ इन मोबी सी का पहला पहला यूनिकॉर्न केडी टीम ने अपना 35वां स्पेनिश लीग जिन्नू कहया जांदा ला लीगा ला लीगा टाइटल जित लिया है दसो ਦੱਸੋ रियल मैड्रिड ने एस्पेनियोल ने बार्सिलोना या फिर इंटर मिलान ने हाँ जी रियल मैड्रिड एस्पेनियोल बार्सिलोना या फिर इंटर मिलान ने किने जित लिया अपना टाइटल पेन ही ਲੱਭ ਰਿਆ ਪੈਨ ਕਿੱਥੇ ਰੱਖਤਾ ਇਹਨਾਂ ਨੇ रियल मैड्रिड अडाने वाली वीडियो का दो आएगी विक्रम गौरसी आ चुकी है चैनल ऊपर जाके देखो ਤੁਸੀਂ ਸ਼ਾਇਦ ਸਬਸਕ੍ਰਾਈਬ ਨਹੀਂ ਕੀਤਾ ਹੋਣਾ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜਾਣੇ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਆਨਸਰ ਹੋ ਜਾਂਦਾ ਜੀ रियल मैड्रिड ਨੇ ਜਿੱਤ ਲਿਆ ਹੈ ਅਗਲਾ ਕਿਹੜੀ ਸਟੇਟ ਦੇ ਮੁੱਖ ਮੰਤਰੀ ਨੇ ਲਾਂਚ ਕੀਤੇ ਜੀ ਮੁੱਖ ਮੰਤਰੀ ਮਿਤਾ ਨੀ ਯੋਜਨਾ ਸਿੱਧਾ ਸਿੱਧਾ ਸਵਾਲ ਹੈ ਕਿਹੜੀ ਸਟੇਟ ਦੇ ਮੁੱਖ ਮੰਤਰੀ ਨੇ ਲਾਂਚ ਕੀਤੇ ਜਿੱਦਾਂ ਆਪਾਂ ਗੱਲ ਕਰਦਾ ਹੈ ਮੁੱਖ ਮੰਤਰੀ ਨਾਸ਼ਤਾ ਸਕੀਮ ਆਈ ਹੈ ਇੱਕ ਇੱਕ ਮੁੱਖ ਮੰਤਰੀ ਆਂਡਾ ਤੇ ਦੁੱਧ ਸਕੀਮ ਆਈ ਹੈ ਤਾਂ ਨਾਸ਼ਤੇ ਵਾਲੀ ਸਕੀਮ ਆਈ ਹੈ ਕੇਰਲਾ ਵਿੱਚ ਆਂਡਾ ਸੌਰੀ ਨਾਸ਼ਤਾ ਵਾਲੀ ਸਕੀਮ ਆਈ ਹੈ ਤਾਮਿਲਨਾਡੂ ਵਿੱਚ ਤੇ ਕੇਰਲਾ ਆਈਏ ਜਿਹੜੀ ਅੰਡਾ ਤੇ ਦੁੱਧ ਵਾਲੀ ਸਕੀਮ ਆਈਏ ਉਦਾਂ ਹੀ ਮਿਤਾਣ ਨੀਯੋਜਨਾ ਇਹ ਆਈਏ ਜੀ ਛੱਤੀਸਗੜ੍ਹ ਵਿੱਚ ਕਿੱਥੇ ਆਈਏ ਛੱਤੀਸਗੜ੍ਹ ਠੀਕ ਹੈ ਚਲੋ ਅਗਲੇ ਬਿਹਾਰ ਦੇ ਮੁੱਖ ਮੰਤਰੀ ਨੇ ਜਿਹੜੇ ਨਿਤਿਸ਼ ਕੁਮਾਰ ਜੀ ਇਹਨਾਂ ਨੇ ਉਦਘਾਟਨ ਕੀਤਾ ਇੰਡੀਆ ਦੇ ਪਹਿਲੇ ਇਥਨੋਲ ਪਲਾਂਟ ਦਾ ਇੰਡੀਆ ਦਾ ਪਹਿਲਾ ਇਥਨੋਲ ਪਲਾਂਟ ਤੁਹਾਨੂੰ ਪਤਾ ਹੈ ਸੀ ਇਥਨੋਲ ਬਲੈਂਡਿੰਗ ਕਰਨ ਜਾ ਰਹੇ ਪੈਟਰੋਲ ਵਿੱਚ ਵੀ ਜਿਹੜਾ ਪੈਟਰੋਲ ਤੋਂ ਜਿਹੜਾ ਧੂੰਆਂ ਆਉਂਦਾ ਉਹ ਘੱਲੋ ਘੱਟੋ ਘੱਟ ਥੋੜੀ ਪੋਲੂਸ਼ਨ ਤਾਂ ਘਟ ਕਰੇ ਤਾਂ ਇਹ ਜਿਹੜਾ ਹੈ ਇਥਨੋਲ ਪਲਾਂਟ ਬਿਹਾਰ ਵਿੱਚ ਕਿੱਥੇ ਹੋਣ ਜਾ ਰਿਹਾ ਪੁਰਨੀ ਆਵੇ। ਮੈਂ ਸਵਾਲ ਤੁਹਾਨੂੰ ਇਹ ਕਰਾਉਣਾ ਸੀਗਾ ਐਕਚੁਅਲੀ ਰeal ਮੈਡਰਿਡ। ਤਾਂ ਜਿੱਦਾਂ ਜੀ ਇਹ ਸਪੈਨਿਸ਼ ਲੀਗ ਹੈ ਨਾ ਸਪੈਨਿਸ਼ ਸਪੇਨ ਦੀ ਲੀਗ ਹੈ ਇਹਨੂੰ ਕਿਹਾ ਜਾਂਦਾ ਲਾਲ ਲੀਗਾ। ਉਦਾਂ ਹੀ ਇੱਕ ਨਾ ਪੈਰਿਸ ਵਿੱਚ ਹੁੰਦੀ ਹੈ ਲੀਗ। ਪੈਰਿਸ ਵਿੱਚ ਜਿਹੜੀ ਲੀਗ ਹੁੰਦੀ ਉਹਨੂੰ ਕਿਹਾ ਜਾਂਦਾ ਲੀਗ 1। ਇੱਕ ਲੀਗ ਹੁੰਦੀ ਹੈ ਜੀ ਇਟਲੀ ਵਿੱਚ। ਇਟਲੀ ਵਾਲੀ ਲੀਗ ਨੂੰ ਕਿਹਾ ਜਾਂਦਾ ਸੀਰੀ ਏ। ਇੱਕ ਹੁੰਦੀ ਹੈ ਜਰਮਨੀ ਵਿੱਚ। ਜਰਮਨੀ ਵਾਲ ਨੂੰ ਕਿਹਾ ਜਾਂਦਾ ਬੁੰਡਸ ਲੀਗਾ। ਬੁੰਡਸ ਲੀਗਾ ਪਰ ਇਹਨਾਂ ਸਾਰੇ 리그 ਦਾ ਪਾਪਾ ਹੁੰਦੀ ਹੈ ਉਹਨੂੰ ਕਹਿੰਦੇ ਆਪਾਂ ਯੂਈਐਫਏ ਚੈਂਪੀਅਨਸ ਲੀਗ ਕੀ ਕਹਿੰਦੇ ਆ ਉਹਨੂੰ ਯੂਈਐਫਏ ਚੈਂਪੀਅਨਸ ਲੀਗ ਤੇ ਇਹ ਹੁਣ ਮਤਲਬ ਯੂਨੀਅਨ ਆਫ ਯੂਰੋਪੀਅਨ ਫੁੱਟਬਾਲ ਐਸੋਸੀਏਸ਼ਨ ਜਿਹੜੀ ਵੀ ਜਰਮਨੀ ਪੈਰਿਸ ਇਟਲੀ ਸਪੇਨ ਸਾਰਿਆਂ ਦੀ ਰਲ ਕੇ ਇਹਨਾਂ ਦੀ ਫਾਦਰ ਮਦਰ ਫਾਦਰ ਹੁੰਦੀ ਹੈ ਇਹ ਇਹਨੂੰ ਕੌਣ ਜਿੱਤ ਲਿਆ ਇਹਨੂੰ ਵੀ ਰੀਅਲ ਮੈਡਰਿਡ ਨੇ ਹੀ ਜਿੱਤ ਲਿਆ ਹੈ ਇਸ ਵਾਰ ਠੀਕ ਹੈ ਧਿਆਨ ਰੱਖਣਾ ਜੀ ਇਹਨੂੰ ਵੀ ਰੀਅਲ ਮੈਡਰਿਡ ਨੇ ਹੀ ਜਿੱਤਿਆ ਚਲੋ ਹੋ ਗਿਆ ਪੁਰਨੀਆ ਅਗਲਾ ਕੇਰਲਾ ਨੇ ਹਰਾਇਆ ਵੈਸਟ ਬੰਗਾਲ ਨੂੰ ਤੇ ਲਿਟਰਲੀ ਆਪਣੀ 7 ਸੰਤੋਸ਼ ਟਰੋਫੀ ਫੁੱਟਬਾਲ ਦੀ ਗੱਲ ਹੋ ਰਹੀ ਹੈ ਇੱਧਰ ਵੀ ਕੇਰਲਾ ਨੇ ਵੈਸਟ ਬੰਗਾਲ ਨੂੰ ਹਰਾ ਕੇ ਆਪਣਾ 7th ਸੰਤੋਸ਼ ਟਰੋਫੀ ਟਾਈਟਲ ਜਿੱਤ ਲਿਆ ਮੰਜੇਰੀ ਸਟੇਡੀਅਮ ਵਿੱਚ ਫਾਈਨਲ ਹੋਇਆ ਸੀ ਕਿੱਥੇ ਹੈ ਮੰਜੇਰੀ ਸਟੇਡੀਅਮ ਦੱਸੋ ਹੁਣ ਥੋੜਾ ਜਿਹਾ ਉੱਚੇ ਲੈਵਲ ਦਾ ਸਵਾਲ ਜ਼ਰੂਰ ਹੋ ਗਿਆ ਲੇਕਿਨ ਆ ਸਕਦਾ ਹੈ ਪੰਜਾਬ ਨਾ ਹਾਈ ਕੋਰਟ ਕਲਰਕ ਦੇ ਪੇਪਰ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਰੰਜੀ ਟਰੋਫੀ ਦਾ ਜਿਹੜਾ ਇਸ ਵਾਰ ਜੇ ਚੈਂਪੀਅਨ ਕੌਣ ਬਣਿਆ ਮੱਧ ਪ੍ਰਦੇਸ਼ ਦੀ ਟੀਮ ਬਣੀ ਕਿਹਨੂੰ ਹਰਾ ਕੇ ਪਰਦੇਸ਼ ਬੀਟ ਮਹਾਰਾਸ਼ਟਰ ਟੂ ਲਿਫਟ देयर ਸੈਵਨਥ ਸੰਤੋਸ਼ ਟਰੋਫੀ ਤਾਂ ਮੱਧ ਪ੍ਰਦੇਸ਼ ਬੀਟ ਮੁੰਬਈ ਟੂ ਲਿਫਟ देयर ਫਰਸਟ ਰੰਜੀਤ ਟਰੋਫੀ ਟਾਈਟਲ ਇਟ ਐਟ ਦਾ ਮੰਜੇਰੀ ਸਟੇਡੀਅਮ ਇਨ ਕੇਰਲਾ ਉਹ ਕੀ ਸੀ ਐਟ ਦਾ ਐਮ ਐ ਚਿੰਨ ਸੁਆਮੀ ਸਟੇਡੀਅਮ ਇਨ ਬੈਂਗਲੌਰ ਧਿਆਨ ਰੱਖਣਾ ਜੀ ਐਮ ਪੀ ਦੇ ਕੈਪਟਨ ਦਾ ਨਾਮ ਵੀ ਧਿਆਨ ਰੱਖਣਾ ਹੈ ਐਮ ਪੀ ਦੇ ਕੈਪਟਨ ਦਾ ਨਾਮ ਹੋ ਜਾਂਦਾ ਹੈ ਅਦਿੱਤਿਅ ਸ਼ਰਿਵਾਸਤਵ ਤੇ ਮਹਾਰਾਸ਼ਟਰ ਦੇ ਕੈਪਟਨ ਦਾ ਨਾਮ ਹੋ ਜਾਂਦਾ ਹੈ ਪ੍ਰਿਥਵੀ ਸ਼ੋਹ ਦੇਖੋ ਦੋ ਚੀਜ਼ਾਂ ਕਰਾਉਂਦੇ ਆ ਤੁਹਾਨੂੰ ਇੱਕ ਸਵਾਲ ਦੇ ਅੰਦਰ ਮੈਂ ਚਲੋ ਕਿਹੜੀ ਯੂਨੀਵਰਸਿਟੀ ਨੇ ਜਿੱਤ ਲਿਆ ਜੀ ਲੁੱਟ ਲਿਆ ਮੇਲਾ ਜੀ ਕਿੱਥੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਕਿੱਥੇ ਹੋਈ ਸੀ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਇਸ ਵਾਰ ਹੋਈ ਸੀ ਕਿ ਜੈਨ ਯੂਨੀਵਰਸਿਟੀ ਬੈਂਗਲੌਰ ਵਿੱਚ ਜੈਨ ਯੂਨੀਵਰਸਿਟੀ ਬੈਂਗਲੌਰ ਵਿੱਚ ਹੋਈ ਸੀ ਕਿ ਇਸ ਵਾਰ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਤੇ ਭਲਾ ਕਿਹਨੇ ਲੁੱਟਿਆ ਇਹ ਮੇਲਾ ਤਾਂ ਜੀ ਉਹੀ ਲੁੱਟ ਕੇ ਲੈ ਗਈ ਮੇਲਾ ਕੌਣ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਕਾਂ ਦਾ ਕੌਣ ਜੈਨ ਯੂਨੀਵਰਸਿਟੀ ਵਾਲੇ ਲੁੱਟ ਕੇ ਲੈ ਗਏ ਚਲੋ ਏ ਸੀਗੀ ਜੀ ਰੈਂਕਿੰਗ ਜੈਨ ਯੂਨੀਵਰਸਿਟੀ ਫਸਟ ਨੰਬਰ ਤੇ ਬੀ 골ਡ ਮੈਡਲ ਨਾਲ ਟੋਟਲ 32 ਦੂਜੇ ਨੰਬਰ ਤੇ ਐਲ ਪੀ ਰੋਈ 17 골ਡ ਮੈਡਲ ਨਾਲ ਤੇ ਸਭ ਤੋਂ ਜ਼ਿਆਦਾ ਮੈਡਲ ਵੀ ਐਲ ਪੀ ਲੈ ਕੇ ਆਇਆ ਕਿਨੇ 51 ਮੈਡਲ ਲੈ ਕੇ ਆਇਆ ਤੀਜੇ ਨੰਬਰ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਰਹੀ 15 ਮੈਡਲ ਨਾਲ ਟੋਟਲ 48 ਮੈਡਲ ਸਭ ਤੋਂ ਸਕਸੈਸਫੁਲ ਬੰਦਾ ਕੌਣ ਰਿਹਾਏ ਦੇ ਵਿੱਚ ਰਿਹਾ ਸੀ ਵੀ ਸ਼੍ਰੀਧਰ ਕਰਕੇ সুইমিং ਵਿੱਚ ਜੈਨ ਯੂਨੀਵਰਸਿਟੀ ਤੋਂ ਤੇ ਕੁੜੀਆਂ ਵਿੱਚ ਵੀ ਸ਼ਰੂੰਗੀ ਬਾਂਦੇ ਕਰੀ ਜਿਹੜੀ সুইমিং ਵਿੱਚ ਸੀ ਕੌਣ ਸੀ ਜੈਨ ਯੂਨੀਵਰਸਿਟੀ ਤੋਂ ਹੀ ਤੇ ਕਿੱਥੇ ਸੀ ਜੈਨ ਯੂਨੀਵਰਸ India to be country of honor at March du film to be held alongside Cannes film festival ta Cannes film festival apne bahut gallan karde jury vich kon gayi thi Deepika panji gayi si ki Deepu panji gayi si te Deepu jehdi jury di member si gi jury da head kon si ga jury da head si ga Vincent Lindon oh kon hai ek French actor hai ਫ੍ਰੈਂਚ ਐਕਟਰ ਉਹਦੇ ਵਿੱਚ ਇੱਕ 골ਡਨ ਆਈ ਅਵਾਰਡ ਹੁੰਦਾ ਜਿਹਨੂੰ ਆਪਾਂ ਕਹਿੰਦੇ ਲਾਇਲਟੀ ਔਰ ਉਹ ਕਿਹਨੂੰ ਮਿਲਿਆ 올 दैट ਬਰੀਚਸ ਨੂੰ ਕਿਹਨੇ ਬਣਾਇਆ ਸੀ ਡਾਕੂਮੈਂਟਰੀ ਸ਼ੌਨਕ ਸੇਨ ਨੇ ਹੁਣ ਜਿਹੜਾ ਰੈਗੂਲਰ ਨਹੀਂ ਕਲਾਸ ਲਾ ਰਿਹਾ ਉਹਨੂੰ ਲੱਗ ਰਿਹਾ ਹੋਣਾ ਕਿ ਓ ਮਾਈ ਗੋਡ ਸਰ ਕੀ ਕਹਿ ਕੇ ਆਏ ਕੀ ਕਹਤਾ ਹੌਲੀ ਚਲੋ ਹੌਲੀ ਨਹੀਂ ਚੱਲਣਾ ਜੀ ਇਹ ਗਲਤੀਆਂ ਆਪਣੀਆਂ ਨੇ ਠੀਕ ਹੈ ਜੀ ਪਹਿਲਾਂ ਜਿਹੜੀ ਤੁਸੀਂ ਤਿਆਰੀਆਂ ਸ਼ੁਰੂ ਨਹੀਂ ਕੀਤੀ ਪਹਿਲਾਂ ਤੁਸੀਂ ਜੇ ਕਲਾਸ ਲੈਣੀ ਸ਼ੁਰੂ ਨਹੀਂ ਕੀਤੀ ਤਾਂ ਆਨਸਰ ਇਹਦਾ ਵੈਸਾ ਹੈ ਜੀ 75ਵਾਂ ਬਾਕੀ ਜਿਹੜੀ ਮੈਂ ਗੱਲਾਂ ਕਹਿ ਗਿਆ ਉਹ ਕਾਂਸ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਚਲੋ ਇੰਡੀਆ ਤੇ ਕਿਹੜੀ ਕੰਟਿਨਿਊਸ ਸਾਈਨ ਕੀਤਾ ਹੈ ਜੁਆਇੰਟ ਡੈਕਲੇਰੇਸ਼ਨ ਔਨ ਇੰਟੈਂਟ ਔਨ ਫੋਰੈਸਟ ਲੈਂਡਸਕੇਪ ਰੀਸਟੋਰੇਸ਼ਨ ਕਹਿੰਦੇ ਜੰਗਲ ਜੰਗਲਾਤ ਨੂੰ ਕਹਿੰਦੇ ਲੈਂਡਸਕੇਪ ਹੈ ਕਹਿੰਦੇ ਨਾ ਚੱਕਮਾ ਬਣਾ ਦੇਣਾ ਨਾ ਅਸੀਂ ਕਹਿੰਦੇ ਸਿੰਬਾ ਵਗੈਰਾ ਹੁਣੀ ਵਾਪਸ ਲਿਆਣੇ ਆਪਾਂ ਤਾਂ ਵਗਾਰੇ ਤਾਂ ਆਗੇ ਵਾਪਸ ਦੇਖ ਲੈ ਤੁਸੀਂ ਚੀਤੇ ਛੱਡ ਤੇ ਮੋਦੀ ਜੀ ਨੇ ਕਿੱਥੇ ਕੂਨੋਪਾਲਪੁਰ نیشنل پارک ਅੱਜ ਬਹੁਤ ਹੀ ਵਧੀਆ ਹੈਪੀ ਬਰਥਡੇ ਮਨਾਇਆ ਜੀ ਮੋਦੀ ਜੀ ਨੇ ਆਪਣਾ ਤਾਂ ਜੀ ਇਹ ਕਹਿੰਦਾ ਜੀ ਅਸੀਂ ਜਰਮਨੀ ਨਾਲ ਜਰਮਨੀ ਨਾਲ ਕੀਤਾ ਸੀ ਹੈਨਾ ਚਲੋ ਅਗਲਾ ਸਵਾਲ ਸਟੈਚੂ ਆਫ ਸਰਦਾਰ ਪਟੇਲ ਇਹਦਾ ਉਦਘਾਟਨ ਕੀਤਾ ਗਿਆ ਕਿੱਥੇ ਸਨਾਤਨ ਮੰਦਿਰ ਕਲਚਰਲ ਸੈਂਟਰ ਮਾਰਖਾਮ ਵਿੱਚ ਕਿੱਥੇ ਸਨਾਤਨ ਮੰਦਿਰ ਕਲਚਰਲ ਸੈਂਟਰ ਮਾਰਖਾਮ ਵਿੱਚ ਕਿੱਥੇ ਪਲਾ ਮਾਰਖਾਮ ਸਵੀਡਨ ਹੈ ਯੂ ਐਸ ਏ ਹੈ ਫੀਜੀ ਹੈ ਜਾਂ ਫਿਰ ਕੈਨੇਡਾ ਹੈ ਇੱਕ ਵਾਰ ਲਾਈਕ ਜ਼ਾ ਕਰ ਦਿਓ ਯਾਰ ਲਾਈਕ ਲਾਈਕ ਵਿੱਚ ਕੰਜੂਸੀ ਕਾਤੋਂ 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 ਭਾਜੀ ਕਾਤੋਂ ਇਹਦੇ ਕਿਹਾਂ ਦੀਕਤ ਆ ਰਹੀ ਹੈ ਲਾਈਕ ਕਰ ਦਿਆ ਕਰੋ ਯਾਰ ਸੈਸ਼ਨ ਨੂੰ ਬਹੁਤ ਇੰਪੋਰਟੈਂਟ ਸੈਸ਼ਨ ਹੈ ਯਾਰ ਪੰਜਾਬ ਹਾਈ ਕੋਰਟ ਕਰਦਾ ਪੇਪਰ ਹੈ ਯਾਰ ਕਮ ਆਨ ਕੀ ਤਰੀਖ ਹੋਗੀ ਅੱਜ 17 18 19 20 इक्की बी तेईस चौबीस पच्ची छब्बीस सताई अठाई उन्ती तीह एक दो तीन सोलह दिन रह गए पूरे पूरे पढ़ लो पढ़ लो पेपर चाने सवाल कैनेडा हो जाता चलो हर्षद शरद कुड़ी जी पहली इंडियन बन चुके हैं जिन्हें गोल्ड मेडल जित लिया एट द आई डब्ल्यू एफ जूनियर वर्ल्ड वेट लिफ्टिंग चैंपियनशिप किबलू एफ जूनियर वर्ल्ड वेटलिफ्टिंग चैंपियनशिप तो कुड़ी बिलोंग कहाँ से करती है महाराष्ट्र राजस्थान यूपी या फिर कर्नाटका छेती ਛੇਤੀ 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 ਕਹਾਂ ਸੇ ਬਿਲੋਂਗ ਕਰਦੀ ਹੈ ਗੁੱਡੀ ਤਾਂ ਕੁੜੀ ਬਿਲੋਂਗ ਕਰਦੀ ਹੈ ਗੁੱਡੀ ਮਹਾਰਾਸ਼ਟਰ ਸੇ ਬਿਲੋਂਗ ਕਰਦੀ ਹੈ ਇੱਕ ਹੋਰ ਸਵਾਲ ਬਣ ਸਕਦਾ ਹੈ ਇਹਦੇ ਵਿੱਚ ਕਿ ਜਿਹੜੀ ਇਹ ਜੂਨੀਅਰ ਵਰਲਡ weight lifting ਚੈਂਪੀਅਨਸ਼ਿਪ ਸੀ ਹੋਈ ਕਿੱਥੇ ਸੀ ਤਾਂ ਇਹ ਹੋਈ ਸੀ ਕਿ ਗ੍ਰੀਸ ਵਿੱਚ ਪੇਪਰ ਤੁਹਾਡੇ ਕੋਲ ਪੁੱਠਾ ਸਵਾਲ ਆ ਸਕਦਾ ਕਿ ਕੋਈ ਹੈ ਜੀ ਪਹਿਲਾ ਇੰਡੀਅਨ ਮੁੰਡਾ ਜਿਹਨੇ 골ਡ ਮੈਡਲ ਜਿੱਤ ਲਿਆ IWF ਜੂਨੀਅਰ ਵਰਲਡ ਚੈਂਪੀਅਨਸ਼ਿਪ ਵਿੱਚ ਕੀ ਨਾਂ ਹੈ ਉਹਦਾ ਤਾਂ ਤੁਸੀਂ ਬੋਲੋਗੇ ਹਰਸ਼ਦ ਸ਼ਰਦ ਗਰੁੜ ਕਿੱਥੇ ਹੋਈ ਚੈਂਪੀਅਨਸ਼ਿਪ ਗ੍ਰੀਸ ਵਿੱਚ ਹੋਈ ਕੁੜੀ ਕਿੱਥੋਂ ਬਿਲੋਂਗ ਕਰਦੀ ਹੈ ਮਹਾਰਾਸ਼ਟਰ ਤੋਂ ਬਿਲੋਂਗ ਕਰਦੀ ਬਹੁਤ سارے ਸਵਾਲ ਬਣ ਜਾਂਦੇ ਨੇ ਯਾਰ ਚਲੋ ਕਿਹੜੀ ਸਟੇਟ ਨੇ ਬਣ ਚੁੱਕੀ ਹੈ ਕਹਿੰਦੀ ਐਟਰਨ ਆਊਟ ਐਸ ਦਾ ਫਰਸਟ 10 ਗੀਗਾਵਾਟ ਸੋਲਰ ਸਟੇਟ ਮਤਲਬ ਸੋਲਰ ਪੈਨਲ ਇੰਨੇ ਲਾਤੇ ਸੋਲਰ ਪੈਨਲ ਇੰਨੇ ਲਾਤੇ ਸੋਲਰ ਪੈਨਲ ਇੰਨੇ ਲਾਤੇ ਸੋਲਰ ਪੈਨਲ ਇੰਨੇ ਲਾਤੇ ਰੀਲ ਨਹੀਂ ਫਸ ਗਈ ਲੇਕਿਨ ਸੋਲਰ ਪੈਨਲ ਇੰਨੇ ਜਿਆਦਾ ਲਾਤੇ ਕਿ 10 ਗੀਗਾਵਾਟ એનર્ਜੀ ਬਣਾ ਰਹੇ ਨੇ ਕਿਤੋਂ ਸੋਲਰ ਸੋਲਰ ਪੈਨਲਾਂ ਤੋਂ ਹੁਣ ਆਪਣੇ ਆਪ ਦੇਖ ਲਓ ਜਿਹੜਾ ਇੰਡੀਆ ਦਾ ਸਭ ਤੋਂ ਵੱਡਾ ਫਲੋਟਿੰਗ ਸੋਲਰ ਪਲਾਂਟ ਲੱਗ ਰਿਹਾ ਉਹ ਸਿਰਫ 600 ਮੀਗਾਵਾਟ ਦਾ ਹੈ ਖੰਡਵਾ ਵਿੱਚ ਲੱਗ ਰਿਹਾ ਜਿਹੜਾ ਐਮਪੀ ਵਿੱਚ ਲੱਗ ਰਿਹਾ ਜਿਹੜਾ ਓਮ ਕਰੇਸ਼ੋ ਡੈਮ ਉੱਤੇ ਲੱਗ ਰਿਹਾ ਜਿਹੜਾ ਇਹ 10 ਗੀਗਾਵਾਟ ਸਟੇਟ ਬਣ ਚੁੱਕਿਆ ਹੁਣ ਇੰਨੇ चलो अगला विच इज द फर्स्ट पब्लिक सेक्टर बैंक टू गो लाइव ऑन अकाउंट एग्रीगेटर फ्रेमवर्क बहुत इंपॉर्टेंट क्वेश्चन हो जाएगा अपने लिए अकाउंट एग्रीगेटर फ्रेमवर्क रियासत कौर सिद्धू यार ना बहुत सोहना लगे यार मैं यार बहुत बहुत सुंदर ना यार वेरी प्रिटी नेम ਅਨਸਰ ਹੋ ਜਾਂਦਾ ਹੈ ਦਾ ਜੀ ਯੂਨੀਅਨ ਬੈਂਕ ਆਫ ਇੰਡੀਆ ਠੀਕ ਹੈ ਚਲੋ ਇੰਡੀਅਨ ਆਇਲ ਨੇ ਲਾਂਚ ਕੀਤਾ ਇੱਕ ਮੀਥਨਾਲ ਬਲੈਂਡਡ ਪੈਟਰੋਲ ਔਨ ਪਾਇਲਟ ਬੇਸਿਸ ਅਸੀਂ ਇਥਨੋਲ ਬਲੈਂਡ ਦਾ ਕਰ ਹੀ ਰਹੇ ਹਾਂ ਜਿੱਦਾਂ ਮੋਦੀ ਜੀ ਨੇ ਸੈਕੰਡ ਜਨਰੇਸ਼ਨ ਦਾ ਇਥਨੋਲ ਪਲਾਂਟ ਉਦਘਾਟਨ ਕੀਤਾ ਕਿੱਥੇ ਪਾਣੀਪਤ ਵਿੱਚ ਕੀਤਾ ਇੰਡੀਅਨ ਆਇਲ ਵਾਲਿਆਂ ਦਾ ਉਦਾਂ ਹੀ ਮੀਥਨੋਲ ਨਾਲ ਆਪਾਂ ਕਹਿੰਦੇ ਡੀਟੇਲ ਆਪਾਂ ਦੇਖ ਰਹੇ ਆਂ ਵੀ ਪੋਲੂਸ਼ਨ ਕਿੱਦਾਂ ਦਾ ਹੁੰਦਾ ਤਾਂ ਅਸਮ ਵਿੱਚ ਕੀਤਾ ਉਹਨਾਂ ਨੇ ਕਿਹੜੇ ਨਾਂ ਤੋਂ ਕੀਤਾ ਤਾਂ ਜੀ ਐਮ 15 ਨਾਂ ਤੋਂ ਕੀਤਾ ਠੀਕ ਹੈ ਮਤਲਬ ਕਿ 15% ਮਿਕਸਚਰ ਚਲੋ ਵਿਚ ਸਟੇਟ ਇਸ ਪਲੈਨਿੰਗ ਟੂ ਕ੍ਰੀਏਟ ਇੰਡੀਆਜ਼ ਓਨਲੀ ਅਬਜ਼ਰਵੇਟਰੀ ਜਿੱਥੇ ਕਹਿੰਦੇ ਡਾਟਾ ਹੋਗਾ ਸਟੇਟ ਦੇ ਜਿਹੜੇ ਆਦਿਵਾਸੀ ਲੋਕ ਨੇ ਉਹਨਾਂ ਦੀ ਹੈਲਥ ਦਾ ਸਟੇਟ ਦੇ ਇੰਡੀਜਿਨियस ਪੋਪੂਲੇਸ਼ਨ ਲਈ ਕਹਿੰਦੇ ਜੋ ਰਾਜ ਦੀ ਸਵਦੇਸ਼ੀ ਆਬਾਦੀ ਯਾਨੀ ਕਿ ਉਧਰ ਜਿਹੜੇ ਇੰਡੀਜਿਨ ਜਿਹੜੇ ਆਦਿਵਾਸੀ ਲੋਕ ਹੋ ਗਏ ਰਹੇ ਨੇ ਉਹਨਾਂ ਦੀ ਹੈਲਥ ਦਾ ਡਾਟਾ ਹੋਗਾ ਤੇਲੰਗਨਾ 오ਡੀਸ਼ਾ ਆਂਧਰਾ ਪ੍ਰਦੇਸ਼ ਕਰਨਾਟਕਾ ਛੇਤੀ ਛੇਤੀ ਅੱਛਾ ਵੀਡੀਓ ਨੂੰ ਲਾਈਕ ਕਰੀ ਚੱਲੋ ਯਾਰ ਤੁਸੀਂ 74 ਬੈਠੇ 45 ਹੋ ਘਟੋ ਘਟ 65 ਲਾਈਕ ਤਾਂ ਹੋਣੇ ਚਾਹੀਦੇ ਕਿ ਨਹੀਂ ਤੁਹਾਨੂੰ ਕੀ ਲੱਗਦਾ ਮਤਲਬ ਜੇ ਤੁਸੀਂ ਪੜਾ ਰਹੇ ਮਤਲਬ ਜਸ ਜਸਟ ਇਮੇਜਿਨ ਹੈ ਨਾ ਕੌਰ ਪ੍ਰਬਲੀਨ ਹਰਪ੍ਰੀਤ ਪੁਲਰ ਹਰਪ੍ਰੀਤ ਕੌਰ ਰਿਆਸਤ ਕੌਰ ਮਨਪ੍ਰੀਤ ਕੌਰ ਰਿੰਪੀ ਰੂਬੀ ਕੌਰ ਦੀਪ ਮਨਪ੍ਰੀਤ ਸਿੰਘ ਸ਼ੁਭਮ ਬਤਰਾ ਸੋਚੋ ਤੁਸੀਂ ਇੱਥੇ ਖੜ ਰਹੇ ਤੁਸੀਂ ਪੜਾ ਰਹੇ ਲੱਗੂਗਾ ਨਾ ਯਾਰ ਘਟੋ ਘਟਿਆ ਜੇ 75 ਬੱਚਾ ਬੈਠਾ ਘਟੋ ਘਟ ਕਹਿੰਦੇ 65 ਲਾਈਕ ਤਾਂ ਹੋ ਇੱਕ ਅੱਧਾ ਚਲੋ 10% ਮੰਨ ਲੈਂਦੇ ਆ ਵੀ 10% ਖੁਰਾਫਾਤੀ ਹੁੰਦਾ 10% ਮਸਕਰੀਆਂ ਵਾਲਾ ਹੁੰਦਾ ਬਾਕੀ ਤਾਂ ਕਰ ਸਕਦੇ ਹੋ ਲਾਈਕ ਚਲੋ ਆਨਸਰ ਹੋ ਜਾਂਦਾ ਇਹ ਤਾਂ ਬਿਲਕੁਲ ਠੀਕ ਹੈ ਜੀ ਓਡੀਸ਼ਾ ਇਸ ਦਾ ਕਰੈਕਟ ਆਨਸਰ ਚਲੋ ਯੂਨੀਅਨ ਮਿਨਿਸਟਰ ਨੇ ਸਾਡੇ ਪ੍ਰਸ਼ੋਤਮ ਰੁਪਾਲਾ ਜੀ ਕਹਦੇ ਜੀ ਹੈ ਨਾ ਇਹਨਾਂ ਨੇ ਹੈਂਡਓਵਰ ਕੀਤਾ ਕਹਿੰਦੇ ਜੀ ਕਾਉ ਡੰਗ ਕਹਿੰਦੇ ਜੀ ਕਾਉ ਦਾ ਡੰਗ ਦੀ ਕਹਿੰਦੇ ਲੌਗ ਮਸ਼ੀਨ ਕਹਿੰਦੇ ਜੀ ਗੋਬਰ ਤੋਂ ਕਹਿੰਦੇ ਲੱਕੜਾ ਬਣਾਵਣਾ ਸਿੱਟਣੀ ਹੈ ਉਹਦਾ ਨਾਂ ਕੀ ਰੱਖਿਆ ਪ੍ਰੋਜੈਕਟ ਅਰਥ ਉਹਨਾਂ ਦਾ ਸੌਰੀ ਉਹਦਾ ਤਾਂ ਨਾਂ ਤੁਸੀਂ ਦੱਸਣਾ ਹੈ ਤਾਂ ਉਹ ਇਹਨਾਂ ਨੇ ਡੋਨੇਟ ਕੀਤੀ ਪ੍ਰੋਜੈਕਟ ਅਰਥ ਨੂੰ ਤੇ ਆਈਆਈਟੀ ਦਿੱਲੀ ਦੇ ਜਵਾਕਾਂ ਨੂੰ ਤਾਂ ਇਹ ਜਿਹੜੀ ਗੋਬਰ ਤੋਂ ਲੱਕੜਾ ਬਣਾਉਣ ਵਾਲੀ ਜਿਹੜੀ ਮਸ਼ੀਨ ਹੈ ਗੋਬਰ ਤੋਂ ਲੱਕੜਾ ਬਣਾਉਣ ਵਾਲੀ ਮਸ਼ੀਨ ਹੈ ਉਹਦਾ ਨਾਂ ਕੀ ਹੈ ਗੋਧਨ ਗੋਬਰ ਗੋਕਸ਼ਟ ਜਾਂ ਫਿਰ ਗੋਡੰਗ गोबर के न केंट ना लग रहा गोबर अब बिल्कुल ठीक है जी गो डंग इसदा सॉरी गो कस्ट इसदा करेक्ट आंसर गो डंग कर रहे ने सारे गो कस्ट आगे प्रधानमंत्री मोदी जी ने उद्घाटन ਕੀਤਾ ਜਿੱਤੋ ਜਿੱਤੋ ਮਤਲਬ ਕਿ ਜੈਨ ਇੰਟਰਨੈਸ਼ਨਲ ਟ੍ਰੇਡ ਆਰਗੇਨਾਈਜੇਸ਼ਨ ਜਿੱਤੋ ਜੈਨਾ ਦੀ ਬਹੁਤ ਤਕੜੀ ਆਰਗੇਨਾਈਜੇਸ਼ਨ ਹੈ ਬਹੁਤ ਚੱਕਮਾ ਪ੍ਰੋਗਰਾਮ ਕਰਦੇ ਇਹ ਤਾਂ ਇਹ ਹੋਇਆ ਕਿੱਥੇ ਹੁਣ ਬੰਬਈ ਪੂਨੇ ਨਵੀਂ ਦਿੱਲੀ ਬੈਂਗਲੁਰੂ ਹੋ ਸਕਦਾ ਹੈ ਹਰਪ੍ਰੀਤ ਪੁਲਰ ਕਹਿੰਦਾ ਗੋ ਡੰਗ ਹੋ ਸਕਦਾ ਡੰਗ ਹੀ ਹੋ ਸਕਦਾ ऐसे कैसे यही तो पेपर में सवाल आएंगे यही तो तुम गलत करके आओगे जो पढ़ के आएगा वो गो कष्ट करके आएगा बाकी होंगे ये हो सकता ਇਹ ਹੋ ਸਕਦਾ ਐਸੇ ਕੈਸੇ ਹੋ ਸਕਦਾ ਤਾਂ ਅੰਤਰ ਹੋ ਜਾਂਦਾ ਕਿ ਇਹਦਾ ਪੂਨੇ ਪੂਨੇ ਇਜ਼ ਦਾ ਕਰੈਕਟ ਆਨਸਰ ਚਲੋ ਅਹੈਡ ਆ ਵਰਲਡ ਕਪ 2023 ਡੈਸ਼ ਟੂ ਹੈਵ ਹੌਕੀ ਕਲੱਬਸ ਇਨ ਸਕੂਲਸ ਆਫ 올 ਜਿਲਾਸ ਇਸ ਸਟੇਟ ਕਹਿ ਰਹੀ ਹੈ ਵੀ ਅਗਲੇ ਸਾਲ ਤੁਹਾਨੂੰ ਪਤਾ ਹੈ ਜੀ ਹੌਕੀ ਵਰਲਡ ਕਪ ਹੈ ਭਾਰਤ ਵਿੱਚ 오ਡੀਸ਼ਾ ਵਿੱਚ ਭੁਵਨੇਸ਼ਵਰ ਤੇ ਰੋਰ ਕਿਲਾ ਵਿੱਚ ਤੇ ਕਹਿੰਦੇ ਜੀ ਇਹ ਸਟੇਟ ਨੇ ਕੀ ਕਿਹਾ ਕਹਿੰਦੇ ਸਾਰੇ ਸਾਡੇ ਹਰ ਜ਼ਿਲ੍ਹੇ ਵਿੱਚ ਇੱਕ ਸਕੂਲ ਵਿੱਚ ਹੌਕੀ ਵਾਲਾ ਕਲੱਬ ਜ਼ਰੂਰ ਹੋਗਾ ਇੱਕ ਸਕੂਲ ਵਿੱਚ ਹੌਕੀ ਵਾਲਾ ਕਲੱਬ ਜ਼ਰੂਰ ਹੋਊਗਾ ਹਰ ਜ਼ਿਲ੍ਹੇ ਵਿੱਚ ਕਿਹੜੀ ਸਟੇਟ ਹੈ ਹੌਕਬੇ ਵਾਲੀ ਇੰਨੀ 오ਡੀਸ਼ਾ ਹੈ ਤੇਲੰਗਨਾ ਹੈ ਆਂਧਰਾ ਹੈ ਕਰਨਾਟਕਾ ਹੈ ਛੇਤੀ ਛੇਤੀ ਤਾਂ ਆਨਸਰ ਤੁਹਾਡਾ ਟਾਈਮ ਨਾ ਲੈਂਦੇ ਹੋਏ ਜਿਆਦਾ ਆ ਜਾਂਦਾ ਹੈ ਜੀ 오ਡੀਸ਼ਾ ਇਹ ਜੀ ਅਪ੍ਰੈਲ ਦੇ ਨੇ ਜੀ ਹਾਂ ਜੀ ਰੀਸੈਂਟ ਦੇ ਨੇ ਤੁਹਾਡੇ ਪੇਪਰ ਚ ਆਉਣ ਦੀ ਸੰਭਾਵਨਾ ਹੈ ਕਿਉਂਕਿ ਅਕਤੂਬਰ ਵਿੱਚ ਤੁਹਾਡਾ ਪੇਪਰ ਹੈ ਤਾਂ ਤੁਹਾਡੇ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਨਵੰਬਰ ਮਿਨੀਮਮ ਟੂ ਮਿਨੀਮਮ ਆਉਣਗੇ ਤੇ ਹੋ ਸਕਦਾ ਹੈ ਮਾਰਚ ਦੇ ਵੀ ਆ ਜਾਣ ਤਾਂ ਮਿਕਸ ਦੇ ਨੇ ਤੁਹਾਡੇ ਚਲੋ ਜੋ ਬਿਡੇਨ ਭਾਜੀ ਨੇ ਨਾਮਿਨੇਟ ਕੀਤਾ ਜੀ ਇੰਡੀਅਨ ਅਮਰੀਕਨ ਡਿਪਲੋਮੈਟ ਰਚਨਾ ਸਚਦੇਵਾ ਨੂੰ ਐਸ ਹਿਸ ਐਨਵੋਏ ਇਹ ਮਿਕਸਡ ਹੈ ਸਾਰੇ ਆਪਣਾ ਐਨਵੋਏ ਰੱਖਿਆ ਕਿ ਨੂੰ ਰਚਨਾ ਸਚਦੇਵਾ ਨੂੰ ਕਿੱਧਰ ਦਾ ਐਨਵੋਏ ਬਣਾਇਆ ਮਤਲਬ ਕਿ ਕਿੱਧਰ ਦਾ ਅੰਬੈਸਡਰ ਬਣਾਇਆ ਜੀ ਜੋ ਬਿਡੇਨ ਨੇ ਮਾਲੀ ਮਲਾਵੀ ਮਾਲਟਾ ਮਾਲਦੀਵਸ ਮਾਲੀ ਮਲਾਵੀ ਮਾਲਟਾ ਜਾਂ ਫਿਰ ਮਾਲਦੀਵਸ ਤਾਂ ਜੀ ਅੰਤਰ ਹੋ ਜਾਂਦਾ ਹੈ ਕਿ ਮਾਲੀ ਅਗਲਾ ਸਵਾਲ ਤਾਂ ਜੀ ਅਗਲਾ ਸਵਾਲ ਤਾਂ ਕੀ ਹੈ ਆਈਪਲ ਦੀ ਥੋੜੀ ਜਿਹੀ ਰਿਵੀਜ਼ਨ ਹੈ ਅਪ੍ਰੈਲ ਵਿੱਚ ਹੋਇਆ ਸੀ ਆਈਪਲ ਤਾਂ ਤੁਹਾਡੇ ਕੋਲ ਓਬਜੀ ਗੱਲ ਹੈ ਪੇਪਰ ਸਵਾਲ ਆਊਗਾ ਹੀ ਆਊਗਾ ਸੁਪੇਂਦਰ ਬਾ ਐਡੀਸ਼ਨ ਸੀਗਾ ਵਿਨਰ ਸੀਗੇ ਗੁਜਰਾਤ ਟਾਈਟਨ ਕੈਪਟਨ ਹਾਰਦਿਕ ਪਾਂਡਿਆ ਹਰਾਇਆ ਕਿਨੂੰ ਰਾਜਸਥਾਨ ਰਾਇਲ ਨੂੰ ਕੈਪਟਨ ਸੀਗਾ ਸੰਜੂ ਸੈਮਸਨ ਮੈਨ ਆਫ ਦਾ ਮੈਚ ਕੌਣ ਰਿਹਾ ਫਾਈਨਲ ਵਿੱਚ ਹਾਰਦਿਕ ਪਾਂਡਿਆ ਗੁਜਰਾਤ ਟਾਈਟਨ ਤੋਂ ਮੈਨ ਆਫ ਦਾ ਸੀਰੀਜ਼ ਜਾਂ ਫਿਰ ਆਪਾਂ ਕਹਿ ਸਕਦੇ ਆ ਮੋਸਟ ਵੈਲਿਊਏਬਲ ਪਲੇਅਰ ਕਿਤੇ ਲਿਖਿਆ ਕਿਤੇ ਦੇਖ ਨਹੀਂ ਰਿਹਾ ਮੈਨੂੰ ਐਕਚੁਅਲੀ ਨਹੀਂ ਲਿਖਿਆ ਨਹੀਂ ਮੋਸਟ ਵੈਲਿ ਔਰੇਂਜ ਕੈਪ ਯਾਨੀ ਕਿ ਸਭ ਤੋਂ ਜ਼ਿਆਦਾ ਰਨ ਯਾਨੀ ਕਿ 863 ਰਨ ਮਾਰੇ ਕਿਨੇ ਮਾਰੇ ਜੋਸ ਬਟਲਰ ਨੇ ਰਾਜਸਥਾਨ ਰਾਇਲ ਤੋਂ ਪਰਪਲ ਕੈਪ ਹੁੰਦੀ ਸਭ ਤੋਂ ਜ਼ਿਆਦਾ ਵਿਕਟਾਂ ਕੱਢਣ ਲਈ ਤਾਂ ਸਭ ਤੋਂ ਜ਼ਿਆਦਾ ਵਿਕਟਾਂ ਲਈ ਯਾਨੀ ਜੁਜਵਿੰਦਰ ਚਹਿਲ ਨੇ 27 ਵਿਕਟਾਂ ਉਹ ਵੀ ਰਾਜਸਥਾਨ ਰਾਇਲ ਤੋਂ ਸਭ ਤੋਂ ਜ਼ਿਆਦਾ ਚੌਕੇ ਸਭ ਤੋਂ ਜ਼ਿਆਦਾ ਛੱਕੇ ਸਭ ਤੋਂ ਜ਼ਿਆਦਾ ਰਨ ਇੱਕ ਬੰਦਾ ਹੈ ਜੋਸ ਬਟਲਰ ਰਾਜਸਥਾਨ ਰਾਇਲ ਤੋਂ ਸਭ ਤੋਂ ਜ਼ਿਆਦਾ ਸਟ੍ਰਾਈਕ ਰੇਟ ਦੀ ਗੱਲ ਕਰੀਏ ਤਾਂ ਜੀ 183.33 ਦਿਨੇਸ਼ ਕਾਰਤਿਕ ਬੈਂਗਲੌਰ ਤੋਂ ਹੈ ਬਹੁਤ ਇੰਪੋਰਟੈਂਟ ਹੁੰਦਾ ਹੈ ਇੱਕ ਇਮਰਜਿੰਗ ਪਲੇਅਰ ਇਮਰਜਿੰਗ ਪਲੇਅਰ ਆਫ ਦਾ ਸੀਜ਼ਨ ਉਮਰਾਨ ਮਲਿਕ ਹਾਈਦਰਾਬਾਦ ਦੀ ਟੀਮ ਤੋਂ ਖੇਡਿਆ ਫਾਈਨਲ ਹੋਇਆ ਕਿੱਥੇ ਪਹਿਲਾਂ ਤਾਂ ਜੀ ਵੈਨਿਊ ਕੀ ਸੀਗਾ ਨਰਿੰਦਰ ਮੋਦੀ ਸਟੇਡੀਅਮ ਅਹਮਦਾਬਾਦ ਕਿੱਥੇ ਨਰਿੰਦਰ ਮੋਦੀ ਸਟੇਡੀਅਮ ਅਹਮਦਾਬਾਦ ਸਭ ਤੋਂ ਜ਼ਿਆਦਾ ਟਾਈਟਲ ਕਿਹਦੇ ਕੋਲ ਨੇ ਤਾਂ ਜੀ ਪੰਜ ਟਾਈਟਲ ਨੇ ਮੁੰਬਈ ਇੰਡੀਅਨ ਕੋਲ ਲਾਸਟ ਈਅਰ ਚੈਂਪੀਅਨ ਕੌਣ ਸੀਗਾ ਚੇਨਈ ਸੁਪਰ ਕਿੰਗ ਤੇ ਪਿਛਲੇ ਸਾਲ ਆਈਪਲ ਹੋਇਆ ਸੀਗਾ 14th ਐਡੀਸ਼ਨ ਯੂਏਈ ਵਿੱਚ ਜਿੱਦਾਂ ਆਪਾਂ ਗੱਲ ਕਰ ਚੁੱਕੇ ਗੇਮ ਚੇਂਜਰ ਆਫ ਦਾ ਸੀਜ਼ਨ ਤੇ ਜੋਸ ਬਟਲਰ ਹੈ इमर्जिंग प्लेयर ਆਪਾਂ ਗੱਲ ਕਰ ਲਈ ইমরান ਮਲਿਕ ਹੈ ਇੱਕ ਹੁੰਦਾ ਹੈ ਫੇਅਰ ਪਲੇਅ ਅਵਾਰਡ ਕਿ ਵਧੀਆ ਖੇਡ ਭਾਵਨਾ ਦੇ ਨਾਲ ਖੇਡੇ ਹੈ ਕਿਹੜੀ ਟੀਮ ਹੈ ਫਾਈਨਲ ਵਾਲੀ ਦੋਨੋਂ ਟੀਮਾਂ ਗੁਜਰਾਤ ਟਾਈਟਨ ਤੇ ਰਾਜਸਥਾਨ ਰਾਇਲ ਕੈਚ ਆਫ ਦਾ ਸੀਜ਼ਨ ਈਵਨ ਲੂਇਸ ਕਰਕੇ ਬੰਦਾ ਹੈ ਐਲ ਐਸ ਜੀ ਮਤਲਬ ਕਿ ਲਖਨਊ ਲਖਨਊ ਦੀ ਟੀਮ ਹੈ ਲਖਨਊ ਸੁਪਰ ਜਾਇੰਟਸ ਸੁਪਰ ਸਟ੍ਰਾਈਕਰ ਯਾਨੀ ਕਿ ਸਭ ਤੋਂ ਬੈਸਟ ਸਟ੍ਰਾਈਕ ਰੇਟ ਸੀਗਾ ਦਿਨੇਸ਼ ਕਾਰਤਿਕ 183.33 ਬੈਂਗਲੌਰ ਸਭ ਤੋਂ ਜ਼ਿਆਦਾ ਚੌਕੇ ਛੱਕੇ ਆਪਾਂ ਗੱਲ ਕਰ ਲਈ ਜਸ ਜੋਸ ਬਟਲਰ ਤੇ ਸਭ ਤੋਂ ਤੇਜ਼ ਬਾਲ ਸਿੱਟੀ ਸੀਗੀ ਲੌਕੀ ਫਰਗਿਊਸਨ ਨੇ ਨਿਊਜ਼ੀਲੈਂਡ ਦਾ ਬੰਦਾ ਹੈ ਵੈਸੇ ਤੇ ਗੁਜਰਾਤ ਦੀ ਟੀਮ ਤੋਂ ਖੇਡਦਾ ਸੀਗਾ ਬਾਦੀ ਇਹ ਸੀਗੀ ਅੱਜ ਦੀ ਕਲਾਸ ਤੇ ਬਾਕੀ ਪੰਜਾਬ ਹਾਈ ਕਲਰਕ ਦਾ ਬੈਚ 7 ਸਤੰਬਰ ਨੂੰ ਸ਼ੁਰੂ ਹੋ ਚੁੱਕਾ ਸੀ ਆਲਰੇਡੀ ਤੇ ਹੁਣ ਤੱਕ ਤਾਂ ਸ਼ਾਇਦ हट ਗਿਆ ਹੋਊਗਾ ਅੱਜ ਮੈਂ ਤੁਹਾਨੂੰ ਕਹਾਂਗਾ ਜੇ ਤੁਸੀਂ ਹੁਣ ਮੇਰੇ ਤੋਂ ਪੁੱਛੋਗੇ ਕਿ ਸਰ ਅਸਾ ਆਪਾਂ ਕਿਦੇ ਵਿੱਚ ਆਪਾਂ ਬੈਚ ਵਿੱਚ ਐਨਰੋਲ ਕਰੀਏ ਤਾਂ ਨਹੀਂ ਕਰੀਏ ਮੈਂ ਤੁਹਾਨੂੰ ਸਿੱਧੀ ਜੀ ਗੱਲ ਕਹਾਂਗਾ ਜੀ ਕੋਈ ਫਾਇਦਾ ਨਹੀਂ ਪੈਸੇ ਲਾ ਕੇ ਹੁਣ ਬੈਚ ਵਿੱਚ ਕਿਉਂਕਿ ਦੇਖੋ ਟਾਈਮ ਉਹਨਾ ਰਹਿ ਨਹੀਂ ਗਿਆ ਕਿ ਤੁਸੀਂ ਨਵਾਂ ਬੈਚ ਵਿੱਚ ਐਨਰੋਲ ਕਰਦੇ ਫਿਰੋ ਉਹਦੀ ਥਾਂ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਂਗਾ ਇੱਕ ਮਿੰਟ ਰੁੱਕ ਕੇ ਜਾਓ ਇੱਕ ਮਿੰਟ ਰੁਕਿਓ ਠੀਕ ਹੈ adda247.com ਓਪਨ ਕਰਨਾ ਹੈ ਤੇ ਦਾ ਸਿੱਧਾ ਤਾਂ ਜੀ ਪੰਨ ਜਾਬ ਕਲਰਕ ਕਿਉਂਕਿ ਪੰਜਾਬ ਦਾ ਹਾਈ ਕੋਰਟ ਕਲਰਕ ਹੈ ਪੰਜਾਬ ਕਲਰਕ ਲਿਖੋਗੇ ਆਪਣੇ ਆਪ ਆ ਜੂਗਾ Google ਸਮਝਦਾਰ ਹੁੰਦਾ ਬੇਵਕੂਫ ਨਹੀਂ ਹੈ ਤਾਂ ਜੀ ਇਹ ਸਾਰਾ ਸਕਿਪ ਕਰ ਦਿਓ ਥੱਲੇ ਆਓ ਇਹ ਰਿਹਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਲਰਕ ਦੀ ਟੈਸਟ ਸੀਰੀਜ਼ ਕਿਉਂਕਿ ਕਿੰਨੇ ਦਿਨ ਰਹਿ ਗਏ ਆਪਾਂ ਹੋਣੇ ਹੋਣੇ ਗਿਣਾ ਮੈਂ 16 ਟੈਸਟ 16 ਦਿਨ ਰਹਿ ਗਏ ਤਾਂ ਇਹਦੇ ਅੰਦਰ 20 ਤੋਂ ਜ਼ਿਆਦਾ ਟੈਸਟ ਨੇ ਤਾਂ ਦਿਨ ਦਾ ਇੱਕ ਟੈਸਟ ਪੱਕਾ ਦੇਣਾ ਹੈ ਫਿਰ ਜਦੋਂ ਥੋਸੀ ਪੇਪਰ ਦੇ ਨੇੜੇ ਆਜੋ ਤਾਂ ਦਿਨ ਦੇ ਦੋ ਦੋ ਦੇਣੇ ਭਾਵੇਂ ਸ਼ੁਰੂ ਕਰ ਦੋ ਇਹ ਥੋਡੀ ਪ੍ਰੈਕਟਿਸ ਕਰਾਉਂਗੇ ਕਿਉਂ ਕਰਾਉਂਗੇ ਪ੍ਰੈਕਟਿਸ ਕਿਉਂਕਿ ਦੇਖੋ ਲਾਸਟ ਟਾਈਮ ਹੈ ਹੁਣ ਨਹੀਂ ਪ੍ਰੈਕਟਿਸ ਕਰੋਗੇ ਤਾਂ ਕਦੋਂ ਕਰੋਗੇ 20 ਤੋਂ ਜ਼ਿਆਦਾ ਟੈਸਟ ਨੇ ਇਹਦੇ ਅੰਦਰ 100% ਡਿਟੇਲ ਥੋਡੇ ਅੰਦਰ ਤੁਹਾਡੇ ਲਈ ਇਹਦੇ ਵਿੱਚ ਸੋਲੂਸ਼ਨ ਮਿਲਣਗੇ ਤੇ ਸਾਰੇ ਟ ਠੀਕ ਹੈ ਪ੍ਰੈਕਟਿਸ ਸੈਕਸ਼ਨ ਵਾਈਜ਼ ਵੀ ਟੈਸਟ ਨੇ ਪੰਜ ਅੰਗਰੇਜ਼ੀ ਦੇ ਟੈਸਟ ਨੇ ਪੰਜ ਜੀਕੇ ਦੇ ਟੈਸਟ ਨੇ ਕਿਉਂਕਿ ਅੰਗਰੇਜ਼ੀ ਤੇ ਜੀਕੇ ਆ ਰਹੀ ਹੈ ਤੇ ਫਿਰ 10 ਨੇ ਫੁੱਲ ਲੈਂਥ ਮੌਕ ਫੁੱਲ ਲੈਂਥ ਮੌਕ ਤੁਹਾਡੇ ਲਈ ਠੀਕ ਹੈ ਫੁੱਲ ਲੈਂਥ ਤਾਂ ਇਹਦਾ ਦੇਖੋ ਪ੍ਰਾਈਸ ਕਿੰਨਾ 350 ਬਟ ਨਹੀਂ ਇੱਕ ਡਿਸਕਾਊਂਟ ਕੋਡ ਦੱਸੂਗਾ ਤਾਂ ਹੋਰ ਸਸਤਾ ਹੋ ਜਾਊਗਾ ਤੇ ਡਿਸਕਾਊਂਟ ਕੋਡ ਹੋ ਜਾਂਦਾ ਹੈ ਸਾਡੇ ਲਈ ਪਹਿਲਾ ਟੇ ਲੋ ਡਿਸਕਾਊਂਟ ਕੋਡ ਧਿਆਨ ਰੱਖਣਾ ਹੈ Y383 SS for sap ਯਾਨੀ ਕਿ ਜਾਂ ਫਿਰ S for ਸਪਨਾ ਚੌਧਰੀ ਕਹਿ ਲਓ Y383S ਇਹ ਸਾਨੂੰ ਪਏਗਾ 289 ਦਾ ਇਸ ਟਾਈਮ ਲਾਸਟ ਮੌਕੇ ਵਿੱਚ ਇਹੀ ਹੈ ਦੇਖੋ 20 ਟੈਸਟ ਨੇ ਦਿਨ ਦਾ ਇੱਕ ਇੱਕ ਟੈਸਟ ਦਿਓ ਭਾਵੇਂ ਪੰਜ ਪਹਿਲੇ 10 ਪੰਜ ਪੰਜ ਦੇ ਫੈਕਸ਼ਨਲ ਟੈਸਟ ਨੇ ਉਹ ਨਪਟਾ ਲਓ ਤੇ ਫਿਰ ਅਖੀਰਲੇ 10 ਦਿਨ ਇੱਕ ਇੱਕ ਟੈਸਟ ਦਿਓ ਏ ਬੈਸਟ ਜੀ ਦਾ ਇਸ ਟਾਈਮ ਤੁਹਾਡੇ ਲਈ ਹੋਰ ਵਧੀਆ ਚੀਜ਼ ਦੱਸਦਾ ਬਹੁਤ ਹੀ ਵਧੀਆ ਦਿਨ ਆਏ ਹੋ ਜਿੱਦਾਂ ਇਹ ਪੰਜਾਬ ਰਹਿਣਾ ਟੈਸਟ ਸੀਰੀਜ਼ ਹੋ ਗਈ ਤੁਸੀਂ ਅੱਗੇ ਮੰਨ ਲਓ ਹੋਰ ਪੇਪਰ ਦੇਣੇ ਨੇ ਤੁਸੀਂ ਪੰਜਾਬ ਪੁਲਿਸ ਦਾ ਪੇਪਰ ਦੇਣਾ ਅੱਗੇ ਤੁਸੀਂ ਪਟਵਾਰੀ ਦਾ ਪੇਪਰ ਆਊਗਾ ਉਹ ਦੇਣਾ ਹੈ ਕੋਰਪੋਰੇਟ ਇਨਸਪੈਕਟਰ ਦੁਬਾਰਾ ਪੇਪਰ ਆਊਗਾ ਉਹ ਦੇਣਾ ਹੈ ਤੁਸੀਂ ਅੱਜ ਕੱਲ੍ਹ ਵਾਲੇ ਐਕਸਾਈਜ਼ ਇਨਸਪੈਕਟਰ ਦਾ ਪੇਪਰ ਦੇਣਾ ਹੈ ਫੋਰੈਸਟ ਗਾਰਡ ਦਾ ਦੇਣਾ ਹੈ ਪੀ 3 ਐਸ ਬੀ ਕਲਰਕ ਦਾ ਦੇਣਾ ਹੈ ਵੀਡੀਓ ਦਾ ਪੇਪਰ ਦੇਣਾ ਹੈ ਹੁਣ ਉਹਨਾਂ ਲਈ ਵੀ ਟੈਸਟ ਸੀਰੀਜ਼ ਹੁੰਦੀ ਹੈ ਹੁਣ ਇਹ ਕੱਲ੍ਹ ਦੀ ਟੈਸਟ ਸੀਰੀਜ਼ ਕਿੰਨੇ ਦੀ ਹੈ ਸਿਰਫ ਇੱਕ ਟੈਸਟ ਠੀਕ ਹੈ 1 ਮਿੰਟ ਰੁੱਕ ਕੇ ਜਾਇਓ ਸੁਣ ਕੇ ਜਾਇਓ ਬਹੁਤ ਇੰਪੋਰਟੈਂਟ ਚੀਜ਼ ਹੈ ਪੰਜਾਬ ਪ੍ਰਾਈਮ ਸਰਚ ਕਰਨਾ ਹੈ ਤਾਂ ਇਹ ਹੈ ਦੇਖੋ ਕੀ ਹੈ ਕੀ ਲਿਖਿਆ ਤੇ ਪੰਜਾਬ ਪ੍ਰਾਈਮ ਟੈਸਟ ਪੈਕ ਤੇ ਡਬਲ ਵੈਲਿਡਿਟੀ ਮਤਲਬ ਪਹਿਲਾ ਪ੍ਰਾਈਸ ਦੇਖੋ ਇਹਦਾ ਪਹਿਲਾ ਪ੍ਰਾਈਸ ਦੇਖੂਗੇ ਠੀਕ ਹੈ ਪ੍ਰਾਈਸ ਕਿੰਨਾ ਹੋ ਗਿਆ ਇਹਦਾ ਇਹਦਾ ਵੀ 400 ਲਿਖਿਆ ਹੋਇਆ ਜਦੋਂ ਅਸੀਂ ਬਾਏ ਨਾਓ ਤੇ ਜਾਵਾਂਗੇ ਤੇ ਟਰ ਕੋਪਨ ਕੋਡ ਕਰੂਗੇ ਇਸੇ Y383S ਫਾਰ ਸਪਨਾ ਚੌਧਰੀ ਇਹ ਸਾਨੂੰ ਕਿੰਨੇ ਦਾ ਪੈ ਗਿਆ ਇਹ ਸਾਨੂੰ ਪੈਗਾ 331 ਹਾਂ ਤੇ ਲੇਕਿਨ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਉਹ ਪੰਜਾਬ ਬਣਾ ਹਾਈ ਕੋਰਟ ਕਲਰਕ ਵਾਲੀ ਟੈਸਟ ਸੀਰੀਜ਼ ਵੀ ਹੈ ਦੇ ਅੰਦਰ ਇਹਦੇ ਅੰਦਰ ਫੋਰੈਸਟ ਗਾਰਡ ਐਕਸਾਈਜ਼ ਕਲਰਕ ਵੀਡੀਓ ਐਕਸਾਈਜ਼ ਇੰਸਪੈਕਟਰ ਕੋਆਪਰੇਟਿਵ ਇੰਸਪੈਕਟਰ ਤੇ ਅਗਲੇ ਇੱਕ ਨਹੀਂ ਪੂਰੇ 2 ਸਾਲ ਦਾ ਕਾਣ ਵਾਲੇ ਜਿੰਨੇ ਵੀ ਪੇਪਰ ਹੋਣਗੇ ਜਿੰਨੇ ਵੀ ਪੰਜਾਬ ਪਟਵਾਰੀ ਆਵੇ ਚੰਡੀਗੜ੍ਹ ਪੁਲਿਸ ਆਏ ਜਿੱਦਾਂ ਅਸੀਂ ਸੈਸਬੀ ਕਲਰਕ ਦੀ ਤਿਆਰੀ ਕੀਤੀ ਸ਼ੁਰੂ ਉਹ ਵੀ ਆਊਗਾ ਕੋਆਪਰੇਟਿਵ ਇੰਸਪੈਕਟਰ ਨਾ ਆਊਗਾ ਪੰਜਾਬ ਪੁਰ ਦੀ 6000 ਪੋਸਟ ਆ ਰਹੀਆਂ ਨੇ ਉਹ ਆਊਗਾ ਤੇ ਜਿੰਨੇ ਵੀ ਪੇਪਰ ਆਣਗੇ ਉਧਰ 289 ਵੀ ਤੁਹਾਨੂੰ ਇੱਕ ਸਿਰਫ ਇੱਕ ਪੇਪਰ ਲਈ ਮਿਲ ਰਿਹਾ ਸੀ ਇੱਥੇ 2331 ਵੀ ਤੁਹਾਨੂੰ 2 ਸਾਲਾਂ ਲਈ ਜਿੰਨੇ ਵੀ ਪੇਪਰ ਨੇ ਉਹਨਾਂ ਲਈ ਫੇਰ ਇਹ ਕੇਂਦਰ ਸਰ ਸਿਲੇਬਸ ਸਿਲੇਬਸ ਮੇਰਾ ਲਿਖ ਕੇ ਲੈ ਲੋ ਤੁਹਾਡਾ ਜੇ 3 ਤਰੀਕ ਦਾ ਪੇਪਰ ਹੈ 4 ਦਾ ਜਾਂ ਫਿਰ 5 ਦਾ ਪੇਪਰ ਹੈ ਸਿਲੇਬਸ ਲਾਸਟ ਦਿਨ ਤੱਕ ਖਤਮ ਨਹੀਂ ਹੋਗਾ ਮੇਰੇ ਗਾਰੰਟੀ ਹੈ ਮੇਰੀ ਮੈਨੂੰ ਪਤਾ ਤੁਹਾਡਾ ਕਿਸੇ ਤੋਂ ਪੁੱਛ ਲੋ ਕਿਸੇ ਦਾ ਕਦੇ ਸਿਲੇਬਸ ਪੂਰਾ ਨਹੀਂ ਹੁੰਦਾ ਤਾਂ ਟੈਸਟ ਸੀਰੀਜ਼ ਲੈ ਕੇ ਅਟੈਂਪਟ ਕਰਨਾ ਸ਼ੁਰੂ ਕਰ ਦੋ ਜਿਹੜੇ ਕੁਐਸਚਨ ਨਹੀਂ ਆਉਂਦੇ ਛੱਡ ਦਿਓ ਲੇਕਿਨ ਬਾਅਦ ਚੋਂ ਦਾ ਸੋਲੂਸ਼ਨ ਜ਼ਰੂਰ ਚੈੱਕ ਕਰੋ ਅੱਛਾ ਇਹ ਕੀਤਾ ਸੀ ਕੀ ਪਤਾ ਉਹੀ ਪਾਰਟਿਕੂਲਰ ਸਵਾਲ ਡਿੱਟੋ ਬਿਲਕੁਲ ਐਜ਼ ਇਟ ਇਜ਼ ਬਿਲਕੁਲ ਸੇਮ ਟੂ ਸੇਮ ਉੱਠ ਕੇ ਆ ਜੇ ਗੱਲ ਮੰਨੋ ਮੇਰੀ ਇਹ ਟ੍ਰਾਈਡ ਐਂਡ ਟੈਸਟਡ ਹੈ ਐਦਾਂ ਕਰਕੇ ਮੈਂ ਬਹੁ ਪੇਪਰ ਪਾਸ ਕੀਤੇ ਹੋਏ ਨੇ ਟੈਸਟ ਸੀਰੀਜ਼ ਪਾਰਟਿਕੁਲਰਲੀ ਟੈਸਟ ਸੀਰੀਜ਼ਾਂ ਅਖੀਰਲੇ 16 ਦਿਨ ਰਹਿੰਦੇ ਨੇ ਇਹ ਦਿਨ ਦਾ ਤੁਹਾਨੂੰ ਪਤਾ ਕਿੰਨੇ ਵੀ ਸਾਡੇ ਟੈਸਟ ਸੀਰੀਜ਼ ਮਿਲ ਜਾਣਗੇ ਪਿਛਲੇ ਸਾਲ ਜਿੰਨੇ ਪੇਪਰ ਹੋਏ ਸੀ ਨਾ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਐਕਸਾਈਡ ਇਨਸਪੈਕਟਰ ਵਾਲਾ ਤੇ ਪੰਜਾਬ ਪੁਲਿਸ ਦੇ ਸਾਰੇ ਹੈੱਡ ਕਨਸਟੇਬਲ ਸਭ ਇਨਸਪੈਕਟਰ ਇੰਟੈਲੀਜੈਂਸ ਅਸਿਸਟੈਂਟ ਕੋਆਪਰੇਟਿਵ ਇਨਸਪੈਕਟਰ ਸਾਰੀਆਂ ਟੈਸਟ ਸੀਰੀਜ਼ਾਂ ਤੇ ਹਜੇ ਜਿਹੜੀ ਲਾਈਵ ਨੇ ਟੈਸਟ ਸੀਰੀਜ਼ਾਂ ਹਜੇ ਕਿਹੜੀਆਂ ਕਿਹੜੀਆਂ ਟੈਸ ਵੀਡੀਓ ਦੀ ਹੈ ਕਾਂਸਟੇਬਲ ਦੀ ਹੈ ਹੈਡ ਕਾਂਸਟੇਬਲ ਸਬ ਇੰਸਪੈਕਟਰ ਹਾਈ ਕੋਰਟ ਕਲਰਕ ਫਿਰ ਥੱਲੇ ਆਓ ਸੀਨੀਅਰ ਅਸਿਸਟੈਂਟ ਐਕਸਾਈਡ ਇੰਸਪੈਕਟਰ ਲਾਈਨਮੈਨ ਤੇ ਇਹ ਸਪੈਸ਼ਲ ਕਰੰਟ ਅਫੇਅਰ ਦੀ ਅੰਗਰੇਜ਼ੀ ਪੰਜਾਬੀ ਵੀ ਟੈਸਟ ਸੀਰੀਜ਼ ਹੈ ਮੈਂ ਆਪਣੇ ਆਪ ਬਣਾਈ ਅੰਗਰੇਜ਼ੀ ਪੰਜਾਬੀ ਵਿੱਚ ਟੈਸਟ ਸੀਰੀਜ਼ ਹੈ ਇਹ ਵਾਲੀ ਠੀਕ ਹੈ ਹੋਰ ਪੰਜਾਬੀ ਗ੍ਰਾਮਰ ਦੀ ਟੈਸਟ ਸੀਰੀਜ਼ ਅੱਗੇ ਪੇਪਰ ਆਣਗੇ ਭਾਜੀ ਪੰਜਾਬੀ ਗ੍ਰਾਮਰ ਦੇ 2000 ਪਲੱਸ ਸਵਾਲ ਨੇ ਇਹਦੇ ਅੰਦਰ ਫੋਰੈਸਟ ਗਾਰਡ ਦੀ ਨੈਬ ਤਹਿਸੀਲਦਾਰ ਦੀ ਕੋਆਪਰੇਟਿਵ ਇੰਸਪੈਕਟਰ ਟੈਟ ਦੀ ਟੈਸਟ ਸੀਰੀਜ਼ ਪਈ ਹੋਈ ਹੈ ਪੁਰਾਣੇ ਪਿ ਦੀ ਇੰਟੈਲੀਜੈਂਸ ਅਸਿਸਟੈਂਟ ਦੀ ਕਾਂਸਟੇਬਲ ਦੀ ਸਬ ਇੰਸਪੈਕਟਰ ਪਿਛਲੇ ਸਾਲ ਕੋਆਪਰੇਟਿਵ ਬੈਂਕ ਦੀ ਪਿਛਲੇ ਸਾਲ ਦੀ ਪਈ ਹੋਈ ਹੈ ਤੇ ਪੂਰੇ 2 ਸਾਲਾਂ ਤੱਕ ਜਿੰਨੀਆਂ ਟੈਸਟਰੀਆਂ ਆਣ ਗਈਆਂ ਨਾ ਸਾਰੀ ਇਹਦੇ ਅੰਦਰ ਹੋਣ ਗਈਆਂ ਤੇ ਮੇਰੀ ਗੱਲ ਮੰਨ ਲਓ ਇਹ ਕੋਈ ਨਾ ਸੋਚੇ ਕਿ ਸਰ ਜਦੋਂ ਮੇਰਾ ਪੇਪਰ ਹੋਇਆ ਜਦੋਂ ਮੇਰਾ ਸਿਲੇਬਸ ਹੋਇਆ ਉਦੋਂ ਹੋਊਗਾ ਮੇਥੋਂ ਅੱਜ ਲਿਖਾ ਲਓ 4:12 17 ਸਤੰਬਰ ਤੁਹਾਡਾ ਸਿਲੇਬਸ ਨਹੀਂ ਖਤਮ ਹੋਊਗਾ ਪੇਪਰ ਜਦੋਂ ਤੱਕ ਆ ਜਾਵੇ ਕਿਸੇ ਦਾ ਨਹੀਂ ਹੁੰਦਾ ਤਾਂ ਇਹ ਬੇਵਕੂਫੀ ਨਾ ਕਰੋ ਅੱਜ ਦਾ ਦਿਨ ਫਾਇਦਾ ਆਪਣੇ ਕੋਲ ਸਰਚ ਕਰਨਾ ਹੈ ਪੰਜਾਬ ਪ੍ਰਾਈਮ ਕੀ ਸਰਚ ਕਰਨਾ ਹੈ ਪੰਜਾਬ ਪ੍ਰਾਈਮ ਸਰਚ ਕਰਨਾ ਹੈ ਤੇ ਡਬਲ ਵੈਲਿਡਿਟੀ ਚੱਲੀ ਹੋਇਆ ਤਾਂ ਫਾਇਦਾ ਚੱਕੋ ਇਹਦਾ ਟੈਸਟ 3 ਦਾ ਕੰਮ ਹੀ ਆਊਗੀ ਬਾਏ ਨਾ ਉੱਤੇ ਗਏ ਇੱਧਰ ਐਂਟਰ ਕੂਪਨ ਕੋਡ ਕੀਤਾ ਕਿਹੜਾ ਕੀਤਾ ਜੀ Y383 S ਸਵਰ ਸੁਪਨਾ ਚੌਧਰੀ ਜਰੂਰ ਲੈਣਾ ਹੈ ਤੇ ਇਹ ਪੈ ਗਿਆ ਸਾਨੂੰ ਕਿੰਨੇ ਦਾ 331ਾਂ ਦਾ ਗੱਲ ਮੇਰੀ ਧਿਆਨ ਰੱਖਿਓ ਠੀਕ ਹੈ ਚਲੋ ਯਾਰ ਆਲ ਦਾ ਬੈਸਟ ਯਾਰ ਸਤਿ ਸ਼੍ਰੀ ਅਕਾਲ ਤੇ 345 ਤੇ ਡੇਲੀ ਇਹ ਕਲਾਸ ਹੁੰਦੀ ਹੈ ਤੇ ਮਾਰਨਿੰਗ 8 ਟਾਈਮ ਕਲਾਸ ਨਹੀਂ ਸਕਿਪ ਕਰਨੀ ਆਲ ਦਾ ਬੈਸਟ ਸਤਿ ਸ਼੍ਰੀ ਅਕਾਲ ਬਾਏ ਬਾਏ ਜੈ ਹਿੰਦ